ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਨੂੰ ਰੋਕਣ ਦੇ ਮੁੱਦੇ ਤੇ ਕਿਹਾ ਕਿ ਸੂਬੇ ਦੇ ਵਿੱਚ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਅਸੀਂ ਨਸ਼ਿਆਂ ਖਿਲਾਫ ਕੰਮ ਸ਼ੁਰੂ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਹੋਰ ਬਿਹਤਰ ਨਤੀਜੇ ਵੀ ਸਾਹਮਣੇ ਆਉਣਗੇ। ਕੈਪਟਨ ਨੇ ਕਿਹਾ ਕਿ ਕੁਝ ਹੀ ਦਿਨਾਂ ਦੇ ਅੰਦਰ ਅਸੀਂ 200 ਦੇ ਕਰੀਬ ਨਸ਼ਾ ਤਸਕਰਾਂ ਨੂੰ ਫੜ ਚੁੱਕੇ ਹਾਂ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਵਧਾਵਾ ਦੇਣ ਦੇ ਲਈ ਬ੍ਰਾਂਡ ਐਂਬੈਸਡਰ ਦੀ ਜ਼ਰੂਰਤ ਤੇ ਕੈਪਟਨ ਅਮਰਿੰਦਰ ਸਿੰਘ ਨੇ ਮਜ਼ਾਕੀਆ ਅੰਦਾਜ਼ ਵਿੱਚ ਇਹ ਕਿਹਾ ਕਿ ਮੈਂ ਕਿਹੋ ਜਿਹਾ ਬ੍ਰਾਂਡ ਐਂਬੈਸਡਰ ਰਹਾਂਗਾ। कुछ दिनों में वी विल होप टू सी रिजल्ट्स। कल से महीना जी, कल से काउंट होगा एक महीना जो एक महीने का। नहीं नहीं नहीं, इट इज ऑलरेडी, डोंट थिंक दैट नो एक्शन इज गोइंग ऑन। पिछले 10 दिन में 200 से ऊपर लोग पकड़े गए हैं इस ड्रग स्मगलर्स, एंड दिस इज ओनली अ कंटिन्यूएशन एंड एक्टिवेशन ऑफ द प्रोसेस। सर, अमिताभ बच्चन जैसा एक ब्रांड एम्बेसडर चाहिए, पंजाब का टूरिज्म फिर खड़ा हो सकता है, काफी और प्रोग्रेस कर सकता है। वो कह रहे हैं अमरिंदर सिंह अच्छा रहेगा, मैं लगता हूँ अमिताभ बच्चन के साथ।